ਦੋਸਤੋ ਅੱਜ ਅਸੀਂ 21 ਅਗਸਤ ਦੇ ਦਿਨ ਸਿੱਖ ਤਾਰੀਖ 'ਚ ਹੋਈਆਂ ਘਟਨਾਵਾਂ ਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ ਸੰਨ 1604 ਦੀ ਹੈ। 1604 ਦੀ 21 ਅਗਸਤ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਮਾਤਾ ਦਮੋਦਰੀ ਦੇ ਨਾਲ ਹੋਇਆ ਸੀਗਾ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 16 ਅਗਸਤ 1604 ਦਾ ਹੈ ਅਤੇ ਇਸ ਤੋਂ 5 ਦਿਨ ਬਾਅਦ 21 ਅਗਸਤ ਦੇ ਦਿਨ ਪਿੰਡ ਡੱਲਾ ਜ਼ਿਲ੍ਹਾ ਕਪੂਰਥਲਾ ਦੇ ਭਾਈ ਨਾਰਾਇਣ ਸਿੰਘ ਜੁਲਕਾ ਅਤੇ ਮਾਤਾ ਭਾਗਪਰੀ ਦੀ ਬੇਟੀ ਦਮੋਦਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਆਇਆ। ਇਸ ਵੇਲੇ ਆਪਦੀ ਉਮਰ 14 ਸਾਲ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਜਨਮ 1590 ਦਾ ਹੈ ਅਤੇ ਜੇਕਰ ਕਈ ਲੋਕ ਜਿਹੜੇ 1595 ਕਹਿੰਦੇ ਆ ਅਤੇ ਜੇ ਉਹ ਮੰਨ ਲਈ ਤਾਂ ਆਪਦੀ ਵਿਆਹ ਵੇਲੇ ਉਮਰ 9 ਸਾਲ ਸੀ। ਹਕੀਕਤ ਹੈ ਕਿ ਆਪ ਦਾ ਜਨਮ ਜਿਹੜਾ 19 ਜੂਨ 1590 ਦਾ ਹੈ ਅਤੇ ਗਲਤੀ ਨਾਲ ਕਿਤੇ 1595 ਲਿਖਿਆ ਗਿਆ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਤ ਵਿੱਚ ਹੋਰਨਾ ਤੋਂ ਇਲਾਵਾ ਬਾਬਾ ਬੁੱਢਾ, ਭਾਈ ਗੁਰਦਾਸ, ਭਾਈ ਕੀਰਤ ਭੱਟ, ਭਾਈ ਮਥੁਰਾ ਭੱਟ, ਭਾਈ ਜੇਠਾ, ਭਾਈ ਪਿਰਾਣਾ ਵਰਗੇ ਜਰਨੈਲ ਵੀ ਜਿਹੜੇ ਆ ਸ਼ਾਮਿਲ ਹੋਏ। ਵਿਆਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਗੁਰੂ ਦਾ ਚੱਕ ਅੰਮ੍ਰਿਤਸਰ ਵਿੱਚ ਹੀ ਰਹੇ। ਸਾਡੇ ਕੋਲ ਇਸ 21 ਅਗਸਤ ਦੀ ਘਟਨਾ ਜਿਹੜੀ ਹੈ 1664 ਦੀ ਹੋਰ ਵੀ ਹੈ। ਇਸ ਦਿਨ 21 ਅਗਸਤ 1664 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਪਹੁੰਚੇ ਸਨ। ਸਾਨੂੰ ਪਤਾ ਹੈ ਕਿ 11 ਅਗਸਤ 1664 ਦੇ ਦਿਨ 10 ਦਿਨ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਕਾਲੇ ਵਿੱਚ ਗੁਰਗੱਦੀ ਦੀ ਸੇਵਾ ਸੰਭਾਲੀ ਸੀ ਅਤੇ ਇਸ ਤੋਂ ਇਲਾਵਾ 1656 ਤੋਂ ਲੈ ਕੇ 1664 ਦੀ ਮਾਰਚ ਤੱਕ ਗੁਰੂ ਸਾਹਿਬ ਅਸਾਮ ਅਤੇ ਹੋਰ ਪੂਰਬ ਦੇ ਇਲਾਕੇ ਵਿੱਚ ਜਿਹੜੇ ਆ ਦੌਰੇ ਵਾਸਤੇ ਗਏ ਹੋਏ ਸਨ। ਉਸ ਵੇਲੇ ਕੀਰਤਪੁਰ ਸਾਹਿਬ ਵਿੱਚ ਨਹੀਂ ਸਨ। ਗੁਰੂ ਹਰਿਰਾਜ ਸਾਹਿਬ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਚੁੱਕੇ ਸਨ ਅਤੇ ਗੁਰੂ ਹਰਿਰਾਜ ਸਾਹਿਬ ਦੀ ਬੇਟੀ ਬੀਬੀ ਰੂਪਕੌਰ ਦਾ ਅਮਰ ਸਿੰਘ ਦੇ ਨਾਲ ਭਾਈ ਖੇਮਕਰ ਦੇ ਨਾਲ ਵਿਆਹ ਵੀ ਹੋ ਚੁੱਕਾ ਸੀ। ਉਹ ਆਪਣੇ ਪਤੀ ਭਾਈ ਖੇਮਕਰ ਨਾਲ ਕੀਰਤਪੁਰ ਦੇ ਨਾਲ ਲੱਗਵੇਂ ਪਿੰਡ ਕਲਿਆਣਪੁਰ ਵਿੱਚ ਰਹਿ ਰਹੀ ਸੀ। ਇਸ ਕਰਕੇ ਹੁਣ ਕਿਉਂਕਿ ਗੁਰੂ ਸਾਹਿਬ ਨੇ ਗੁਰਗੱਦੀ ਸੰਭਾਲੀ ਅਤੇ ਕੀਰਤਪੁਰ ਨਹੀਂ ਸਨ ਜਾ ਚੁੱਕੇ, ਦੋ ਗੁਰੂ ਸ਼ਹੀਦ ਹੋ ਚੁੱਕੇ ਸਨ, ਚੜ੍ਹਾਈ ਕਰ ਚੁੱਕੇ ਸਨ ਅਤੇ ਬੀਬੀ ਰੂਪਕੌਰ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਇਸ ਕਰਕੇ ਉਹਨਾਂ ਨੇ ਬਕਾਲੇ 'ਚ ਗੁਰਗੱਦੀ ਸੰਭਾਲਣ ਤੋਂ ਬਾਅਦ ਪਹਿਲਾ ਕੰਮ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਜਾਣ ਦਾ ਫੈਸਲਾ ਕੀਤਾ। ਤੋ ਗੁਰੂ ਸਾਹਿਬ 21 ਅਗਸਤ 1664 ਦੇ ਦਿਨ ਕੀਰਤਪੁਰ ਪਹੁੰਚੇ ਅਤੇ ਸਿੱਧਾ ਬੀਬੀ ਰੂਪਕੌਰ ਦੇ ਘਰ ਪਹੁੰਚੇ ਜਿੱਥੇ ਇਸ ਵੇਲੇ ਗੁਰਦੁਆਰਾ ਬਣਿਆ ਹੋਇਆ ਹੈ। ਇਸ ਮੌਕੇ 'ਤੇ ਆਪਦੇ ਨਾਲ ਬਹੁਤ ਸਾਰੇ ਦਰਬਾਰੀ ਸਿੱਖ ਵੀ ਸਨ, ਜਿਹੜਾ ਕਿ ਪਟਵਾਈ ਮੁਲਤਾਨੀ ਸਿੰਧੀ 'ਚ ਇਸ ਦਾ ਜ਼ਿਕਰ ਵੀ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਿਲ ਨਾਵੇਂ ਬਕਾਲਾ ਸੇ ਕੀਰਤਪੁਰ ਆਏ ਪ੍ਰਗਨਾ ਕੈਲੂਰ ਸਾਲ 1721 ਭਾਦਵਾਂ ਸੁਦੀ ਦਸਵੀਂ ਖੇਮਕਰਨ ਤੁਸੇ ਖੱਤਰੀ ਕੇ ਘਰ ਬੀਬੀ ਰੂਪਕੌਰ ਕੋ ਬੁਲਾਉਣਾ ਸਾਥ ਦੁਆਰਕਾ ਦਾਸ ਆਇਆ ਬੇਟਾ ਅਰਜਾਨੀ ਸਾਹਿਬ ਕਾ ਭੱਲੇ ਕਾ ਸਾਥ ਦੀਵਾਨ ਦਰਗਾਹ ਮਾਲ ਆਇਆ ਬੇਟਾ ਦੁਆਰਕਾ ਦਾਸ ਛਿਬਰ ਕਾ ਸਾਥ ਜੱਗੂ ਬੇਟਾ ਆਇਆ ਪਦਮਾ ਕਾ ਹਜਾਵਤ ਆਂਬਿਆਨਾ। ਸੋ ਇਹ ਪਟਵਾਈ ਮੁਲਤਾਨੀ ਸਿੰਧੀ ਪ੍ਰਗਨਾ ਜੀਤ ਖਾਤਾ ਹਜਾਵਤੋਂ ਕਾ ਵਿੱਚ ਜ਼ਿਕਰ ਆਉਂਦਾ ਹੈ ਕਿ 21 ਅਗਸਤ 1664 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਪਹੁੰਚੇ ਸਨ। 21 ਅਗਸਤ 1920 ਦੀ ਸੜਕੋਂ ਘਟਨਾ ਵੀ ਹੈ ਕਿ 21 ਅਗਸਤ 1920 ਦੇ ਦਿਨ ਉਹਨਾਂ ਦਿਨਾਂ 'ਚ ਜਦੋਂ ਅਜੇ ਗੁਰਦੁਆਰਾ ਲਹਿਰ ਸ਼ੁਰੂ ਹੋਈ ਸੀ, ਅਜੇ ਤੱਕ ਸ਼੍ਰੋਮਣੀ ਕਮੇਟੀ ਨਹੀਂ ਸੀ ਬਣੀ ਜਿਹੜੀ ਕਿ 15 ਨਵੰਬਰ 1920 ਦੇ ਦਿਨ ਬਣੀ ਹੈ, ਅਕਾਲ ਤਖ਼ਤ ਦੇ ਦਰਬਾਰ ਸਾਹਿਬ 'ਤੇ ਕਬਜ਼ਾ 12 ਅਕਤੂਬਰ 1920 ਦੇ ਦਿਨ ਹੋਇਆ ਸੀਗਾ, ਪਰ ਸਭ ਤੋਂ ਪਹਿਲਾਂ ਜਿਹੜਾ ਉਹ ਸੀਗਾ ਸਾਡੇ ਕੋਲ ਕਬਜ਼ਾ 21 ਅਗਸਤ 1920 ਦੇ ਦਿਨ ਲਾਹੌਰ ਵਿੱਚ ਗੁਰਦੁਆਰਾ ਚੁਮਾਲਾ ਸਾਹਿਬ ਹੈ ਜਿਹੜਾ 6ਵੀਂ ਪਾਤਸ਼ਾਹੀ ਦਾ ਹੈ। ਇੱਥੇ ਕਿਉਂਕਿ ਗ੍ਰੰਥੀ ਹਰੀ ਸਿੰਘ ਜਿਹੜਾ ਆਪਣੀ ਮਨਮੱਤ ਦਾ ਮਾਹੌਲ ਪੈਦਾ ਕੀਤਾ ਸੀ, ਮੁਸਾਫਰਾਂ ਨੂੰ ਗੁਰਦੁਆਰੇ 'ਚ ਕਿੰਨੀ ਜਗ੍ਹਾ ਦੇ ਹੋਣ ਦੇ ਬਾਵਜੂਦ ਠਹਿਰਨ ਨਹੀਂ ਸੀ ਦਿੰਦਾ, ਗ੍ਰੰਥੀ ਵਜੋਂ ਸੇਵਾ ਵੀ ਨਹੀਂ ਸੀ ਕਰਦਾ, ਜਪਜੀ ਸਾਹਿਬ ਅਤੇ ਰਹਿਰਾਬ ਸਾਹਿਬ ਦਾ ਸੱਚੀ ਮੁੱਚੀ ਸਹੀ ਪਾਠ ਵੀ ਨਹੀਂ ਸੀ ਕਰ ਸਕਦਾ, ਗੁਰਦੁਆਰੇ ਸਫਾਈ ਵੀ ਨਹੀਂ ਸੀ ਹੁੰਦੀ, ਪਰ ਜਿਹਨਾਂ ਚੜਾਵਾ ਹੁੰਦਾ ਸੀਗਾ ਉਹ ਸਾਰਾ ਆਪਣਾ ਜੇਬ 'ਚ ਪਾ ਲੈਂਦਾ ਸੀ। ਤੋ ਕੁਛ ਸਿੱਖਾਂ ਨੇ ਇਕੱਠੇ ਹੋ ਕੇ ਖਾਲਸਾ ਪ੍ਰਚਾਰਕ ਜੱਥੇ ਜਥਾ ਨਾਂ ਦੀ ਇੱਕ ਸੰਸਥਾ ਬਣਾਈ ਅਤੇ ਉਹਨਾਂ ਨੇ ਇਸ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਸੰਭਾਲ ਲਿਆ। ਸੋ ਗੁਰਦੁਆਰਾ ਲਹਿਰ ਸੁਧਾਰ ਲਹਿਰ ਅਕਾਲੀ ਲਹਿਰ ਜਿਹੜੀ 1920 ਦੀ ਹੈ ਉਹਦੀ ਪਹਿਲੀ ਜਿੱਤ ਜਿਹੜੀ ਹੈ 21 ਅਗਸਤ 1920 ਦੇ ਦਿਨ ਚੁਮਾਲਾ ਸਾਹਿਬ ਦੀ ਸੀ। 21 ਅਗਸਤ 1968 ਦੀ ਸਾਡੇ ਕੋਲ ਘਟਨਾ ਹੈ ਕਿ ਲਕਸ਼ਮਣ ਸਿੰਘ ਗਿੱਲ ਨੇ ਇਸ ਦਿਨ ਚੀਫ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸਾਨੂੰ ਪਤਾ ਹੈ ਕਿ ਪੰਜਾਬ ਵਿੱਚ ਇੱਕ ਸਾਂਝੇ ਮੋਰਚੇ ਦੀ ਸਰਕਾਰ ਬਣੀ ਸੀ ਜਿਹਦੇ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਸੀ, ਪਰ ਜਸਟਿਸ ਗੁਰਨਾਮ ਸਿੰਘ ਜਿਹੜਾ ਅਕਾਲੀ ਦਲ ਦੀ ਮੁੱਢਲੀ ਮੰਗ ਸੀ ਕਿ ਪੰਜਾਬ 'ਚ ਪੰਜਾਬੀ ਲਾਗੂ ਕੀਤੀ ਜਾਏ ਉਸ ਨੂੰ ਵੀ ਮੰਨਣ ਵਾਸਤੇ ਤਿਆਰ ਨਹੀਂ ਸੀ। ਭਾਰਤੀ ਜਨਤਾ ਪਾਰਟੀ ਉਦੋਂ ਜਨਸੰਘ ਸੀ, ਇਹ ਇਸ ਗੱਲ ਲਈ ਤਿਆਰ ਨਹੀਂ ਸਨ ਕਿ ਪੰਜਾਬ 'ਚ ਪੰਜਾਬੀ ਲਾਗੂ ਕੀਤੀ ਜਾਏ, ਜਿਸ ਬੋਲੀ ਦੇ ਆਧਾਰ 'ਤੇ ਸੂਬਾ ਬਣਾਇਆ ਉਸ ਬੋਲੀ ਨੂੰ ਲਾਗੂ ਕਰਨ ਨਹੀਂ ਸੀ ਦਿੱਤਾ ਜਾ ਰਿਹਾ।
तो लक्ष्मण सिंह ने चार नवंबर 1947 के दिन ऐलान किया कि 1 जनवरी तो असी सच्ची मुची लागू कर देंगे, क्योंकि वह मिनिस्टर सीगा एक किस्म का डिप्टी चीफ मिनिस्टर सी, तो उन्हें ऐलान किया कि 1 जनवरी 1968 तो बाद जी पंजाब सरकारी पद्धर से पंजाबी जी लागू कर दी जाएगी। जनसंघ पार्टी भारतीय जनता पार्टी की खुली मुखालफत की। इस तरह फतेह सिंह ने CPI की विमला डांग जी MLA सी उतों छेहटे तो उसके खिलाफ भी एक बयान दे दिता। ਇਹਦਾ ਅਕਾਲੀਆਂ ਦੇ ਕਮਿਊਨਿਸਟਾਂ 'ਚ ਖੜਕ ਪਈ। ਤੀਜਾ ਲਛਮਣ ਸਿੰਘ ਦੇ ਕਾਰਨ ਹੀ ਫਤਿਹ ਸਿੰਘ ਦਾ ਅਕਾਲੀ ਦਲ ਬਣਿਆ ਸੀ, ਪਰ ਗੁਰਨਾਮ ਸਿੰਘ ਜਿਹੜਾ ਲਛਮਣ ਸਿੰਘ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਸੁਣਦਾ। ਅਖੀਰ ਲਛਮਣ ਸਿੰਘ ਨੇ 16 ਹੋਰ ਮੈਂਬਰ ਲੈ ਕੇ ਜਿਹਨਾਂ 'ਚ ਆਜ਼ਾਦ ਵੀ ਸਨ ਅਤੇ ਫਤਿਹ ਸਿੰਘ ਗਰੁੱਪ ਵੀ ਸਨ, ਉਹਨਾਂ ਦੀ ਇੱਕ ਪਾਰਟੀ ਬਣਾ ਲਈ ਜਿਹਨੂੰ ਜਨਤਾ ਪਾਰਟੀ ਨਾਂ ਰੱਖਿਆ। ਜਨਤਾ ਪਾਰਟੀ 1977 'ਚ ਬਾਅਦ 'ਚ ਬਣੀ ਹੈ, ਸਭ ਤੋਂ ਪਹਿਲੀ ਜਿਹੜੀ ਹੈ ਉਹ 1967 ਦੀ ਨਵੰਬਰ 'ਚ ਬਣੀ ਸੀ ਜਿਹੜੀ ਲਛਮਣ ਸਿੰਘ ਗਿੱਲ ਨੇ ਬਣਾਈ ਸੀ, ਅਤੇ ਉਹਨੇ ਬਾਗੀ ਹੋ ਕੇ 22 ਨਵੰਬਰ ਦੇ ਦਿਨ 1967 ਦੇ ਦਿਨ ਸਾਂਝੇ ਮੋਰਚੇ ਦੀ ਸਰਕਾਰ ਤੋਂ ਅਸਤੀਫਾ ਦਵਾ ਦਿੱਤਾ, ਕਿਉਂ ਘੱਟ ਗਿਣਤੀ 'ਚ ਹੋ ਗਈ। ਅਤੇ ਉਸਨੇ ਉਹਦੇ ਕਾਂਗਰਸ ਪਾਰਟੀ ਨੇ ਲਛਮਣ ਸਿੰਘ ਗਿੱਲ ਦੀ ਹਿਮਾਇਤ ਕਰਨ ਦਾ ਐਲਾਨ ਕਰ ਦਿੱਤਾ, ਅਤੇ ਗਿੱਲ ਨੇ 25 ਨਵੰਬਰ 1967 ਦੇ ਦਿਨ ਜਿਹੜਾ ਚੀਫ ਮਿਨਿਸਟਰ ਦੇ ਅਹੁਦੇ ਦਾ ਹਲਫ ਲੈ ਲਿਆ। ਗਿੱਲ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਪੰਜਾਬੀ ਜ਼ਬਾਨ ਨੂੰ ਬੋਲੀ ਨੂੰ 77 ਤੱਕ ਲਾਗੂ ਕਰ ਦਿੱਤਾ। ਉੱਧਰ ਗਿੱਲ ਨੇ ਚੰਨਣ ਸਿੰਘ ਜਿਹੜਾ ਸ਼੍ਰੋਮਣੀਕਰਨ ਦਾ ਪ੍ਰਧਾਨ ਸੀ ਉਹਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਪ੍ਰੋਗਰਾਮ ਬਣਾ ਲਿਆ। 3 ਦਸੰਬਰ 1967 ਮਾਸਟਰ ਤਾਰਾ ਸਿੰਘ ਜਿਹਨਾਂ ਦੀ ਡੈਥ 22 ਨਵੰਬਰ 1967 ਦੇ ਦਿਨ ਹੋਈ ਸੀ, ਉਸ ਤੋਂ ਬਾਅਦ 3 ਦਸੰਬਰ 1967 ਦੇ ਦਿਨ ਉਹਨਾਂ ਦਾ ਭੋਗ ਕੰਪਨੀ ਬਾਗ ਅੰਮ੍ਰਿਤਸਰ ਦੇ ਵਿੱਚ ਪਾਇਆ ਜਾ ਰਿਹਾ ਸੀਗਾ, ਅਤੇ ਉੱਥੇ ਲਛਮਣ ਸਿੰਘ ਗਿੱਲ ਨੇ ਆ ਕੇ ਲੈਕਚਰ ਕਰਦਿਆਂ ਕਿਹਾ ਕਿ ਮੈਂ ਪੰਥ ਤੋਂ ਟੁੱਟੀ ਗੱਡਣ ਦਾ ਐਲਾਨ ਕਰਦਾ। ਅਤੇ ਉਹਨੇ 27 ਦਸੰਬਰ 1967 ਦੇ ਦਿਨ ਕੜਾਹ ਪ੍ਰਸ਼ਾਦ ਦੀਆਂ ਜਾਅਲੀ ਪਰਚੀਆਂ ਦੇ ਸਕੈਂਡਲ ਵਿੱਚ ਚੰਨਣ ਸਿੰਘ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ। ਤੋ ਇਹਦੇ ਨਾਲ ਉਹ ਸਾਰੇ ਦੇ ਸਾਰੇ ਜਿਹੜੇ ਲੋਕੇ ਦਰਬਾਰ ਸਾਹਿਬ ਦੇ ਵਿੱਚ ਚੰਨਣ ਸਿੰਘ ਅਤੇ ਹੋਰ ਜਿਹੜੇ ਅਕਾਲੀ ਆਗੂ ਸੀ ਜਾ ਕੇ ਦਰਬਾਰ ਸਾਹਿਬ 'ਚ ਲੁੱਕ ਗਏ, ਅਤੇ ਦਰਬਾਰ ਸਾਹਿਬ 'ਚ ਕਿਉਂਕਿ ਪੁਲਿਸ ਨਹੀਂ ਸੀ ਜਾ ਸਕਦੀ, ਇਸ ਕਰਕੇ ਉਹਨਾਂ ਨੇ ਸੋਚਿਆ ਵੀ ਹੁਣ ਇਹ ਸੇਫ ਥਾਂ ਹੋਏਗੀ। ਇੱਧਰੋਂ ਲਛਮਣ ਸਿੰਘ ਨੇ ਇੱਕ ਹੋਰ ਵਧੀਆ ਕੰਮ ਕੀਤਾ ਕਿ 13 ਦਸੰਬਰ 1967 ਦੇ ਦਿਨ ਸਾਰੇ ਪ੍ਰਾਈਵੇਟ ਕਾਲਜ ਟੀਚਰਾਂ ਉੱਤੇ ਜਿਹੜੇ ਸਰਕਾਰੀ ਕਾਲਜਾਂ ਦੇ ਟੀਚਰ ਉਹਨਾਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਾਲੇ ਜਿਹੜੇ ਆ ਗ੍ਰੇਡ ਦੇਣ ਦਾ ਐਲਾਨ ਕਰਤਾ, ਯਾਨੀ ਕਿ ਪ੍ਰੋਫੈਸਰਾਂ ਨੂੰ ਵੀ ਉਹਨੇ ਖੁਸ਼ ਕਰਤਾ। ਸੋ ਇੱਕ ਮਹੀਨੇ ਦੇ ਅੰਦਰ ਅੰਦਰ ਲਛਮਣ ਸਿੰਘ ਨੇ ਬੜੇ ਅਹਿਮ ਐਲਾਨ ਕੀਤੇ ਸਨ। 19 ਦਸੰਬਰ 1967 ਦੇ ਦਿਨ ਪੰਜਾਬ ਅਸੈਂਬਲੀ ਨੇ ਪੰਜਾਬੀ ਬੋਲੀ ਲਾਗੂ ਕਰਨ ਵਾਸਤੇ ਜਿਹੜਾ ਉਹ ਬਿੱਲ ਪਾਸ ਕਰ ਦਿੱਤਾ। ਇਸ ਦੇ ਮੁਤਾਬਕ ਸਾਰੇ ਸੈਕਟਰੀਏਟ ਦੇ ਲੈਵਲ ਤੱਕ ਪੰਜਾਬੀ ਜਿਹੜੀ ਲਾਗੂ ਕੀਤੀ ਜਾਣੀ ਸੀ, ਜਿਹੜੀ ਕਿ 14 ਜਨਵਰੀ 1968 ਤੋਂ ਜ਼ਿਲ੍ਹਾ ਪੱਧਰ 'ਤੇ ਅਤੇ 13 ਅਪ੍ਰੈਲ ਤੋਂ 71 ਦੇ ਲੈਵਲ ਤੱਕ ਜਿਹੜੀ ਹੈ ਉਹ ਲਾਗੂ ਹੋ ਜਾਣੀ ਸੀ। ਸੋ 2 ਕਿਸ਼ਤਾਂ ਵਿੱਚ ਇਸ ਨੂੰ ਲਾਗੂ ਕੀਤਾ ਜਾਣਾ ਸੀ। ਇੱਕ ਸਰਕਾਰੀ ਸਮਾਗਮ ਕਰਕੇ ਲਛਮਣ ਸਿੰਘ ਨੇ ਅਤੇ ਇਹਦੇ ਵਾਸਤੇ ਐਲਾਨ ਵੀ ਕਰ ਦਿੱਤਾ। ਇੱਕ ਕਮਾਲ ਦੀ ਗੱਲ ਕਿ ਪੰਜਾਬ ਦੀ ਤਵਾਰੀਖ ਵਿੱਚ ਇਕੱਲਾ ਲਛਮਣ ਸਿੰਘ ਗਿੱਲ ਇੱਕੋ ਇੱਕ ਚੀਫ ਮਿਨਿਸਟਰ ਹੈ ਜਿਹਨੇ ਕਾਂਗਰਸ ਦੀਆਂ ਵੋਟਾਂ ਨਾਲ ਪੰਜਾਬ ਜਾਂ ਸਿੱਖ ਪੰਥ ਦਾ ਫਾਇਦਾ ਕੀਤਾ। ਪੰਜਾਬੀ ਉਸਨੇ ਲਾਗੂ ਕਰ ਦਿੱਤੀ, ਪੰਥਕ ਜਿਹੜਾ ਉਸਨੇ ਲਾਗੂ ਕਰਤਾ। ਤੋ ਜਦੋਂ ਇਹ ਦੇਖਿਆ ਕਾਂਗਰਸ ਪਾਰਟੀ ਨੇ ਵੀ ਤਾਂ ਸਾਨੂੰ ਵਰਤ ਰਿਹਾ, ਤੋ ਕਾਂਗਰਸ ਪਾਰਟੀ ਨੇ 12 ਅਗਸਤ 1968 ਦੇ ਦਿਨ ਲਛਮਣ ਸਿੰਘ ਗਿੱਲ ਤੋਂ ਹਿਮਾਇਤ ਵਾਪਸ ਲੈਣ ਦਾ ਫੈਸਲਾ ਕਰ ਲਿਆ, ਅਤੇ 20 ਅਗਸਤ ਨੂੰ ਇਸਦੇ ਬਾਰੇ ਐਲਾਨ ਵੀ ਕਰਤਾ ਗਿਆ। ਅਤੇ ਜਦੋਂ ਉਸਨੇ ਐਲਾਨ ਕੀਤਾ ਤਾਂ 21 ਅਗਸਤ 1968 ਦੇ ਦਿਨ ਲਛਮਣ ਸਿੰਘ ਗਿੱਲ ਨੇ ਅਸਤੀਫਾ ਦਿੱਤਾ। ਪਰ ਲਛਮਣ ਸਿੰਘ ਜਾਣ ਤੋਂ ਪਹਿਲਾਂ ਬੜੇ ਬੜੇ ਵੱਡੇ ਕਾਰਨਾਮੇ ਕਰ ਗਿਆ, ਪੰਜਾਬ 'ਚ ਪੰਜਾਬੀ ਲਾਗੂ ਕਰਨਾ, ਪੰਜਾਬ 'ਚ ਸੜਕਾਂ ਬਣਾਉਣਾ, ਟੀਚਰ ਨੂੰ ਗ੍ਰੇਡ ਦੇਣਾ, ਇਹ ਸਾਰੇ ਸਾਰੇ ਲਛਮਣ ਸਿੰਘ ਗਿੱਲ ਦੇ ਕੰਮ ਸਨ। ਇਸ ਤੋਂ ਬਾਅਦ ਸੜਕੋਂ ਨਕਲੀ ਮੁਕਾਬਲਿਆਂ ਦੀਆਂ ਘਟਨਾਵਾਂ ਆਉਂਦੀਆਂ ਹਨ। ਸਭ ਤੋਂ ਪਹਿਲੀ ਘਟਨਾ 1986 ਦੀ ਹੈ। 21 ਅਗਸਤ 1986 ਦੇ ਦਿਨ ਪੁਲਿਸ ਨੇ ਛੇਹਰਟਾ ਵਿੱਚ ਇੱਕ ਸਿੱਖ ਮੁਖਤਿਆਰ ਸਿੰਘ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਇਸੇ ਦਿਨ ਮੀਆਂਵਾਲੀ ਪਿੰਡ ਨੇੜੇ ਖੇਮ ਕਰਨ ਵਿੱਚ ਵੀ ਪੁਲਿਸ ਨੇ 2 ਸਿੱਖਾਂ ਨੂੰ ਸ਼ਹੀਦ ਕੀਤਾ। 1999 ਦੀ 21 ਅਗਸਤ ਦੇ ਦਿਨ ਪੁਲਿਸ ਨੇ ਖੁਸ਼ਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਬੂਥਗੜ੍ਹ ਨੇੜੇ ਮੋਰਿੰਡਾ ਜ਼ਿਲ੍ਹਾ ਰੋਪੜ ਅਤੇ ਕਰਤਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਭਾਈ ਲੱਡੂ ਨੂੰ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। 1999 ਦੀ 21 ਅਗਸਤ ਦੀ ਹੋਰ ਬਹੁਤ ਦਰਦਨਾਕ ਘਟਨਾ ਇਹ ਹੈ ਕਿ ਜਿਸਨੇ ਪੰਜਾਬ ਦਾ ਨਕਸ਼ਾ ਫਿਰ ਇੱਕ ਹਿੱਸਾ ਹਿਸਟਰੀ 'ਚ ਬੜਾ ਵੱਡਾ ਰੋਲ ਅਦਾ ਕੀਤਾ। ਗੋਬਿੰਦ ਰਾਮ ਨਾਂ ਦੇ SSP ਜਿਹੜਾ ਬਹੁਤ ਜ਼ਾਲਮ ਗਿਣਿਆ ਜਾਂਦਾ ਸੀਗਾ, ਵੈਸੇ ਦੇਖਿਆ ਜਾਵੇ ਕਰਲਾ ਰਿਬੈਰੋ, KPS ਗਿੱਲ, ਗੋਬਿੰਦ ਰਾਮ, ਸਵਰਨ ਘੋਟਨਾ, PM ਦਾਸ, ਇਜ਼ਹਾਰ ਆਲਮ, ਅਜੀਤ ਸੰਧੂ, ਸੁਮੇਧ ਸੈਣੀ, ਗਾਲੋਂ, ਸਰਬਦੀਪ ਵਿਰਕ, ਪਾਂਡੇ, ਇਹ ਸਾਰੇ ਜਿਹੜੇ ਪੰਜਾਬ ਦੇ ਜ਼ਾਲਮ ਪੁਲਿਸ ਅਫਸਰ ਸਨ, ਇਹਨਾਂ ਵਿੱਚੋਂ ਜਿਹੜਾ ਇਹ ਜਿਹੜਾ ਗੋਬਿੰਦ ਰਾਮ ਹੈ ਉਹ ਆਪਣੇ ਆਪ 'ਚ ਆਪਣੇ ਆਪ ਨੂੰ ਬੜਾ ਵੱਡਾ ਤਾਕਤਵਰ ਅਤੇ ਜ਼ਾਲਮ ਗਿਣਿਆ ਕਰਦਾ ਸੀ। ਇਸ ਨੇ 21 ਅਗਸਤ 1999 ਦੇ ਦਿਨ ਬਬਰ ਖਾਲਸਾ ਦੇ ਇੱਕ ਆਗੂ ਮਹਿਲ ਸਿੰਘ ਜਿਹੜਾ ਕਿ ਸੁਖਦੇਵ ਸਿੰਘ ਦਾਸੋਹਲ ਦਾ ਭਰਾ ਸੀਗਾ, ਉਹਦੀ ਘਰਵਾਲੀ ਗੁਰਮੀਤ ਕੌਰ ਅਤੇ ਸ਼ਹੀਦ ਭਾਈ ਕੁਲਵੰਤ ਸਿੰਘ ਦੀ ਪਤਨੀ ਗੁਰਦੇਵ ਕੌਰ ਨੂੰ ਗ੍ਰਿਫਤਾਰ ਕਰਨ ਵਾਸਤੇ ਇੱਕ ASI ਲੱਖਾ ਸਿੰਘ ਲਖਵਿੰਦਰ ਲੱਖਾ ਨੂੰ ਜੀਪ ਦੇ ਕੇ ਅੰਮ੍ਰਿਤਸਰ ਭੇਜਿਆ। ਉਸਨੇ ਪ੍ਰਭਾਤ ਫਾਈਨਾਂਸ
ਕੰਪਨੀ ਜਿੱਥੇ ਦੋਵੇਂ ਬੀਬੀਆਂ ਨੌਕਰੀਆਂ ਕਰਦੀਆਂ ਸਨ ਉਹਨਾਂ ਨੂੰ ਬਿਨਾਂ ਵਾਰੰਟ ਤੋਂ ਚੁਕਵਾ ਲਿਆ ਅਤੇ ਬੀਕੋ ਟਾਰਚਰ ਸੈਂਟਰ ਬਟਾਲਾ ਜਿੱਥੇ ਕਿ ਸਾਰੇ ਸਿੱਖਾਂ ਨੂੰ ਬਹੁਤ ਸਾਰੇ ਸਿੱਖਾਂ ਨੂੰ ਜ਼ੁਲਮ ਕੀਤਾ ਗਿਆ ਮਾਰਿਆ ਗਿਆ ਅਤੇ ਉੱਥੇ ਜਾ ਕੇ ਉਹਨਾਂ ਦੇ ਟੋਰਚਰ ਕੀਤਾ ਉਹਨਾਂ ਦੇ ਢਿੱਡਾਂ ਵਿੱਚ ਲੱਤਾਂ ਮਾਰੀਆਂ ਗਈਆਂ ਉਹਨਾਂ ਨੂੰ ਸੋਟੀਆਂ ਨਾਲ ਕੁੱਟਿਆ ਗਿਆ ਗੁਰਦੇਵ ਕੌਰ ਦੇ ਢਿੱਡ 'ਤੇ ਤਾਂ ਕਈ ਮਿੰਟ ਸੋਟੀਆਂ 'ਤੇ ਲੋਹੇ ਦੀਆਂ ਸਲਾਖਾਂ ਮਾਰ ਮਾਰ ਕੇ ਉਸ ਨੂੰ ਇੰਨਾ ਕੁੱਟਿਆ ਗਿਆ ਕਿ ਉਹ ਇਸ ਜ਼ੁਲਮ ਨਾਲ ਬੇਹੋਸ਼ ਹੋ ਗਈ ਅਤੇ ਉੱਥੇ ਗੁਪਤ ਅੰਗ ਵਿੱਚੋਂ ਖੂਨ ਵਗਣ ਲੱਗ ਪਿਆ ਇਸ ਮੰਗ ਗੁਰਦੇਵ ਕੌਰ ਨਾਲ ਵੀ ਸਲੂਕ ਕੀਤਾ ਗਿਆ ਉਹਦੇ ਪੱਟਾਂ ਦੀਆਂ ਲੱਤਾਂ 'ਤੇ ਘੋਟਣਾ ਲਾਇਆ ਗਿਆ ਅਤੇ ਦੋ ਪੁਲਿਸੀ ਉਸ ਘੋਟਣੇ 'ਤੇ ਚੜ੍ਹ ਕੇ ਉਸ 'ਤੇ ਜ਼ੁਲਮ ਕਰਦੇ ਰਹੇ ਉਹ ਵਾਰ ਵਾਰ ਬੇਹੋਸ਼ ਹੋਈਆਂ ਅਤੇ ਜਦ ਉਹਨਾਂ ਨੂੰ ਹੋਸ਼ ਆਉਂਦੀ ਤਾਂ ਜ਼ੁਲਮ ਦਾ ਦੌਰ ਇੱਕ ਵਾਰੀ ਫਿਰ ਸ਼ੁਰੂ ਹੋ ਜਾਂਦਾ ਇਹ ਜ਼ੁਲਮ ਦੋ ਦਿਨ ਲਗਾਤਾਰ ਚੱਲਦਾ ਗਿਆ ਗੋਬਿੰਦ ਰਾਮ ਦਾ ਵੈਸ਼ੀਪੁਣਾ ਤਾਂ ਇੱਥੋਂ ਤੱਕ ਚਲਾ ਗਿਆ ਕਿ ਉਸਨੇ ਆਪਣਾ ਪਖਾਨਾ ਜ਼ਬਰਦਸਤੀ ਗੁਰਦੇਵ ਕੌਰ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਉਸਨੇ ਇੱਥੋਂ ਤੱਕ ਕਿਹਾ ਅਤੇ ਗੁਰੂ ਗੋਬਿੰਦ ਸਿੰਘ ਦਾ ਤੂੰ ਅੰਮ੍ਰਿਤ ਪੀਤਾ ਹੁਣ ਗੋਬਿੰਦ ਰਾਮ ਦਾ ਮੂਤਰ ਵੀ ਪੀ ਗੁਰਦੇਵ ਕੌਰ ਅਤੇ ਗੁਰਮੀਤ ਕੌਰ ਅਤੇ ਜ਼ੁਲਮ ਦਾ ਰਾਜ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਬਹੁਤ ਹਾਹਾਕਾਰ ਮੱਚੀ ਇਸ ਜ਼ੁਲਮ ਦੇ ਖਿਲਾਫ਼ 1 ਸਤੰਬਰ 1999 ਦੇ ਦਿਨ ਇੱਕ ਬੜਾ ਵੱਡਾ ਪ੍ਰੋਟੈਸਟ ਜਲੂਸ ਕੱਢਿਆ ਗਿਆ ਮਗਰੋਂ ਸਰਕਾਰ ਨੇ ਗੋਬਿੰਦ ਰਾਮ ਨੂੰ ਪ੍ਰੋਟੈਕਸ਼ਨ ਦੇ ਕੇ ਵੀ ਤਾਂ ਜੋ ਸਿੱਖ ਉਸਨੂੰ ਮਾਰਨਾ ਛੱਡਣ ਉਸਨੂੰ DIG ਬਣਾ ਕੇ ਸਭ ਤੋਂ ਮਹਿਫੂਜ਼ ਜਗ੍ਹਾ ਜਿਹੜਾ ਉਹ PAP ਜਲੰਧਰ ਅਤੇ ਫਿਲੌਰ ਕਿਲ੍ਹੇ ਵਿੱਚ ਲਾ ਦਿੱਤਾ ਪਰ ਖਾੜਕੂਆਂ ਦੀ ਮਰਜ਼ੀ ਖਾੜਕੂ ਤਾਂ ਕਿ ਉੱਥੇ ਪੁਲਿਸ ਦੀ ਮਰਜ਼ੀ ਬਿਨਾਂ ਉੱਥੇ ਚਿੜੀ ਵੀ ਨਹੀਂ ਸੀ ਭੜਕ ਸਕਣੀ ਪਰ ਇਸ ਦੇ ਬਾਵਜੂਦ ਸਿੱਖ ਗੋਬਿੰਦ ਰਾਮ ਨੂੰ ਸਜ਼ਾ ਦੇਣਾ ਚਾਹੁੰਦੇ ਸਨ ਤਾਂ ਉਹਨਾਂ ਨੇ ਇਸ ਮੁਹਿੰਮ ਹੇਠ ਜਲੰਧਰ ਵਿੱਚ ਇਸ ਦਾ ਪਹਿਲਾਂ ਤਾਂ ਇਕਲੌਤਾ ਪੁੱਤਰ ਕਤਲ ਕੀਤਾ ਅਤੇ ਇਸ ਮਗਰੋਂ ਖਾਲਿਸਤਾਨ ਕਮਾਂਡਰ ਫੋਰਸ ਦੇ ਮੁਖੀ ਕਮਲਜੀਤ ਸਿੰਘ ਉਸਦੇ ਸਾਥੀਆਂ ਅਤੇ ਬਬਰ ਖਾਲਸਾ ਨੇ ਗੋਬਿੰਦ ਰਾਮ ਨੂੰ 10 ਜਨਵਰੀ 1990 ਦੇ ਦਿਨ ਬਾਬਾ ਨਾਲ ਉਡਾ ਦਿੱਤਾ ਸੋ 21 ਅਗਸਤ 1988 ਦੇ ਦਿਨ ਜ਼ੁਲਮ ਕਰਨ ਵਾਲਾ ਜਿਹੜਾ ਗੋਬਿੰਦ ਰਾਮ ਆਪਣੀ ਮੌਤ 'ਤੇ ਆਪ ਮਰਿਆ ਬੜੀ ਬੁਰੀ ਮੌਤ 'ਤੇ ਮਰਿਆ ਪੁੱਤਰ ਵੀ ਅਤੇ ਆਪ ਵੀ ਨਕਲੀ ਮੁਕਾਬਲਿਆਂ ਦੀ ਘਟਨਾ ਜਿਹੜੀ 1999 ਦੀ ਹੈ 21 ਅਗਸਤ 1999 ਦੇ ਦਿਨ ਪੁਲਿਸ ਨੇ ਰਣਜੀਤ ਸਿੰਘ ਰਾਣਾ ਵਾਸੀ ਬਿਆਲਾ ਹੁਸ਼ਿਆਰਪੁਰ ਪ੍ਰੇਮ ਸਿੰਘ ਗਿੱਲ ਵਾਸੀ ਕੌਲਗੜ੍ਹ ਹੁਸ਼ਿਆਰਪੁਰ ਨੂੰ ਨਕਲੀ ਮੁਕਾਬਲੇ ਸ਼ਹੀਦ ਕਰਤਾ 1990 ਦੀ ਵੀ ਸਾਡੇ ਘਟਨਾ 21 ਅਗਸਤ 1990 ਦੇ ਦਿਨ ਪੁਲਿਸ ਨੇ ਬਲਵਿੰਦਰ ਸਿੰਘ ਪਿੰਦਾ ਵਾਸੀ ਚੀਮਾ ਖੁੱਡੀ ਗੁਰਦਾਸਪੁਰ ਗੁਰਿੰਦਰ ਸਿੰਘ ਸੁੱਖਾ ਵਾਸੀ ਬੈਂਕਾ ਸੋਹਣ ਸਿੰਘ ਵਾਸੀ ਬੁੱਢੇਵਾਲ ਫਿਰੋਜ਼ਪੁਰ ਹਰਦੀਪ ਸਿੰਘ ਫੌਜੀ ਵਾਸੀ ਧਾਲੀਵਾਲ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ 1991 ਦੀ ਸੜਕ ਉਹ ਘਟਨਾ ਹੈ ਕਿ 21 ਅਗਸਤ 1991 ਦੇ ਦਿਨ ਪੁਲਿਸ ਨੇ ਨਿਸ਼ਾਨ ਸਿੰਘ ਉਰਫ ਬਲਵਿੰਦਰ ਸਿੰਘ ਨਾਂ ਦੇ ਇੱਕ ਸਿੱਖ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਇਹ ਸਨ ਘਟਨਾਵਾਂ 21 ਅਗਸਤ ਦੀਆਂ ਜਿਹੜੀਆਂ ਸਿੱਖ ਤਾਰੀਖ ਨੇ ਰਿਕਾਰਡ ਕੀਤੀਆਂ ਸ਼ੁਕਰੀਆ